ਸੱਤਾ ਮੇਰਾ ਵੀਰ ਮੇਰੇ ਵੀਰਿਓ ਜੀ ਐਵੇਂ ਵੀ ਕੋ ਮਿੱਤਰੋ ਟਾਈਟੈਨਿਕ ਰਹਿ ਗਿਆ ਖਾਲੀ ਕਰਨ ਵਾਲਾ ਵਿੱਚੋਂ ਆਹ ਚੀਜ਼ ਬਣਨੀ ਆ। ਤੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਡੀਲਕਸ ਦੀ ਸਰਵਿਸ ਤੇ ਟਾਈਟੈਨਿਕ ਦੇ ਸਟੀਕਰਾਂ ਦਾ ਕੰਮ। ਆਪਾਂ ਜਾਣਾ ਹੈ ਹੋਲੇ ਮਹੱਲੇ ਤੇ ਨੈਕਸਟ ਵਲੌਗ ਦੇ ਵਿੱਚ। ਇਸ ਵਲੌਗ ਦਾ ਹੈਸ਼ਟੈਗ ਪਾਰਟ 2 ਅਤੇ ਹੈਸ਼ਟੈਗ ਪਾਰਟ 3 ਦੇ ਵਿੱਚ ਹੋਲੇ ਮਹੱਲੇ ਦੀ ਸਟਾਰਟਿੰਗ ਆ। ਆਪਾਂ ਜਾਣਾ ਹੈ ਜਿੱਦਣ 24 ਤਰੀਕ ਨੂੰ। ਅਤੇ ਬਾਕੀ ਇਹ ਇੰਟਰੋ ਬਾਅਦ ਵਿੱਚ ਸ਼ੂਟ ਕਰ ਰਿਹਾ ਮੈਂ, ਆਊਟਰੋ 'ਤੇ ਮਿਲਦੇ ਹਾਂ ਤੁਹਾਨੂੰ। ਲਿੰਕ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਅਤੇ ਦੇਖੋ ਅੱਜ ਦਾ ਵਲੌਗ। ਅਤੇ ਡੈਡੀ ਵਾਲਾ ਮੋਟਰਸਾਈਕਲ ਹੈ ਚੌਵੀ ਲੱਖ, ਉਹਦਾ ਕੰਮ ਕਰਵਾਇਆ, ਸਰਵਿਸ ਕਰਵਾਈ ਅਤੇ ਹੋਰ ਵੀ ਥੋੜ੍ਹੇ ਬਹੁਤ ਕੰਮ ਸੀ ਉਹਦੇ, ਉਹ ਡਿਵੇੜੇ ਅਤੇ ਟਾਈਟੈਨ ਨੂੰ ਸਟੀਕਰਾਂ ਦਾ ਕੰਮ ਕਰਾਇਆ। ਤੁਸੀਂ ਇੰਟਰੋ ਦੇ ਸਟਾਰਟਿੰਗ 'ਚ ਦੇਖ ਹੀ ਲੈਣਾ ਆ। ਅਤੇ ਇਨ ਜਿਸ ਵੀਡੀਓ ਵਾਲਾ ਜਿਹੜਾ ਆਪਾਂ ਛੋਟੇ ਛੋਟੇ ਕੱਟ ਕਰਕੇ ਲਾਈ ਦੇ ਆ, ਤੁਸੀਂ ਦੇਖ ਹੀ ਲੈਣਾ। ਬਾਕੀ ਦੇਖੋ ਕਿੱਦਾਂ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਹੁਣ ਆਪਾਂ ਛੇਤੀ ਤੋਂ ਛੇਤੀ ਵੀਡੀਓ ਲੈਣ ਦੀ ਕੋਸ਼ਿਸ਼ ਕਰੀ ਦੀ, ਹਾਲੇ ਕੱਲ੍ਹ ਪਾਈ ਸੀ ਅਤੇ ਕੋਸ਼ਿਸ਼ ਹੈ ਮੇਰੀ ਅੱਜ ਕੱਲ੍ਹ ਨੂੰ ਫਿਰ ਪਾ ਦੇਵਾਂ ਇੱਕ ਇੱਕ ਦਿਨ ਛੱਡ ਕੇ। ਅਤੇ ਕੋਸ਼ਿਸ਼ ਮੇਰੀ ਰੈਗੂਲਰ ਆ ਪਰ 35 ਨਹੀਂ, ਬਾਕੀ ਹੌਲੀ ਹੌਲੀ ਹੋ ਜੂਗਾ। ਬਾਕੀ ਵੀਡੀਓ ਦੇਖੋ ਅਤੇ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਗੌਰ ਸੇ ਦੇਖੀਏ ਇਸ ਲੜਕੇ ਕੋ, ਇਹ ਹੈਗਾ ਮੁੰਡਾ, ਕੀ ਨਾਮ, ਅੰਕਾਰ ਮੇਰੇ ਵੀਰੇ, ਅੰਕਾਰ ਆ ਮੁੰਡਾ, ਅੰਕਾਰ। ਅਤੇ ਮਿੱਤਰੋ ਆਪਾਂ ਆਏ ਸੀਗੇ ਕੰਮ ਕਰਾਉਣ ਨੂਰ ਮਿਲ, ਅਤੇ ਆਹ ਦੇਖ ਲਓ ਸੰਤਾਂ ਦੀ ਫੋਟੋ ਬਣਾਈ ਆ। ਅਤੇ ਰੈਮੇ ਦਾ ਬਦਲਤਾ ਸੀਗਾ, ਟਾਈਟੈਨਿਕ ਦਾ ਸਟੀਕਰ ਲਾਇਆ, ਆਹ ਦੇਖੋ, ਰੁਕ 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 ਰੁਕੋ ਲਓ ਵੀ। ਅਤੇ ਇੱਕ ਮੀਟਰ ਕਾਲਾ ਹੋ ਗਿਆ ਆਪਣਾ, ਅਤੇ ਬਾਕੀ ਹੋਰ ਸਟੀਕਰ ਬਣਦੇ ਪਏ ਅਤੇ ਜਾ ਕੇ ਇਹਦੀ ਵਾਇਰਿੰਗ ਕਰਾਂਗੇ। ਬਾਕੀ ਓਕੇ ਰਿਪੋਰਟ ਆ, ਇੱਥੇ ਬਣਾਉਣਾ ਹੁਣ ਟਾਈਟੈਨਿਕ ਦਾ ਸਟੀਕਰ। ਅਤੇ ਬਾਕੀ ਮੈਟ ਮੂਟ ਸਹੀ ਕਰਨਾ ਇਹਦਾ, ਅਤੇ ਉਹ ਵਾਇਰਿੰਗ ਸਹੀ ਕਰਨੀ ਆ ਆਪਾਂ, ਵਾਇਰਿੰਗ ਸੈੱਟ ਕਰਕੇ ਫਿਰ ਤੁਹਾਨੂੰ ਮਿਲਾਂਗੇ। ਬਾਕੀ ਆ ਮੀਟਰ ਕਾਲਾ ਕਰਨਾ ਬੜਾ ਸੋਹਣਾ ਲੱਗਣ ਲੱਗ ਗਿਆ, ਅਤੇ ਬਾਕੀ ਫੋਟੋ ਵੀ ਬੜੀ ਸੋਹਣੀ ਲੱਗਦੀ ਹੈ। ਐਂਗਲ ਆਪਾਂ ਕਸਤਾ ਸੀਗਾ ਨਿਸ਼ਾਨ ਸਾਹਿਬ ਵਾਲਾ, ਅਤੇ ਰੰਗ ਰੁੰਗ ਜਿਹਾ ਸੈੱਟ ਕਰਨ ਵਾਲਾ ਸੀ ਉਹ ਵੀ ਕਰਤਾ, ਕਲਮਾਂ ਕੁਲਮਾਂ ਹੀ ਲਾਉਣਾ ਨਹੀਂ ਕਾਲੇ ਰੰਗ ਦੀਆਂ। ਅਤੇ ਬਾਕੀ ਆਹ ਰੈਮ ਬੜਾ ਵਧੀਆ ਆ, ਟਾਇਰ ਵੀ ਚੌੜਾ ਆ ਅੱਗਿਓਂ ਅੱਗਿਓਂ ਦੇਖੋ। ਬਾਕੀ ਇਹਦੇ ਪੱਖੇ ਪੁੱਖੇ ਆਪਾਂ ਰੰਗ ਕਰਤੇ ਸੀ, ਦੇਖੋ ਪੱਖਾ ਇੱਕ ਕਾਰਬੇਟਰ ਦਾ ਢੱਕਣ ਉਹ ਉਹਦੇ ਨਾਲ ਦੇ ਕਰਤਾ, ਹੱਬ ਦੇ ਨਾਲ ਦਾ ਚੱਲਾ ਸੀਗਾ ਮੈਂ ਤਾਂ। ਆਹ ਮੁੰਡਾ ਜੀ ਕਹਿੰਦੇ ਅੰਕਾਰ ਇੱਧਰ ਨੇੜੇ ਦਾ, ਬਾਕੀ ਸਕੂਟਰ ਜੱਜਦਾ ਪੂਰਾ ਵੀ। ਮਿੱਤਰੋ ਕੰਮ ਜਿਹੜੇ ਹੋਏ ਹੋਏ ਆ ਉਹ ਦਿਖਾ ਦਿੰਦਾ, ਆਹ ਸਟੀਕਰ ਮੈਂ ਆਪ ਹੀ ਪੱਟਿਆ, ਹੁਣ ਸੋਹਣਾ ਜਿਹਾ ਨਹੀਂ ਲੱਗਦਾ, ਕੰਪਾਊਂਡ ਕਰਨਾ ਇੱਕ ਤਾਂ, ਅਤੇ ਮੀਟਰ ਹੋ ਗਿਆ ਕਾਲਾ, ਅਤੇ ਅੰਕਾਰ ਵੀ ਹੋ ਗਿਆ ਕਾਲਾ। ਬਾਕੀ ਆਪਣਾ ਕੰਮ ਜ਼ਿਆਦਾ ਨਹੀਂ ਹੋਇਆ ਹੈਗਾ, ਮਤਲਬ ਭਰਮਾ ਜਿਹਾ ਨਹੀਂ ਕਰਾਇਆ ਬਾਹਲਾ। ਅਤੇ ਇੱਧਰ ਸੰਤਾਂ ਦੀ ਫੋਟੋ ਆ, ਅਤੇ ਇੱਥੇ ਟਾਈਟੈਨਿਕ ਲਿਖਾਇਆ ਆਪਾਂ, ਆਹ ਦੇਖ ਲਓ ਸੋਹਣਾ ਲੱਗਦਾ ਆ ਦੇਖਿਓ। ਅਤੇ ਇੱਧਰ ਆਪਾਂ BMW ਦਾ ਬਣਾਇਆ ਆ ਆਹ, ਅਤੇ ਬਾਕੀ ਇੱਕ ਆਪਣਾ ਇੱਧਰ ਬਣਦਾ ਪਿਆ ਆ ਹਾਲੇ, ਅਤੇ ਤਾਰਾਂ ਤੂਰਾਂ ਸਾਰੀਆਂ ਸੈੱਟ ਕਰ ਦੇਣੀਆਂ ਆਪਾਂ ਕੱਲ੍ਹ ਨੂੰ। ਅਤੇ ਬਾਕੀ ਇਹਦੀ ਨੰਬਰ ਪਲੇਟ ਵੀ ਘਰ ਬਣੀ ਪਈ ਆ, ਉਹ ਵੀ ਲੱਗ ਜਾਣੀ ਆ। ਅਤੇ ਫਰਕ ਦੇਖ ਲਓ, ਸਕੂਟਰ ਜੋ ਦਾ ਤਿਆਰ ਹੋਇਆ ਧੋਤਾ ਹੀ ਨਹੀਂ। ਆਹ ਆਹ ਇੱਧਰ ਸ਼ੈਂਪੂ ਭੱਜਿਆ ਹੋਇਆ ਸਟੀਕਰ ਲਾਉਣ ਵਾਸਤੇ, ਅਤੇ ਇੱਧਰ ਆਹ ਨੋਰਮਲ ਰੰਗ ਜਿਹੜਾ ਹੈ ਨਾ ਮਿੱਟੀ ਪੈ ਕੇ ਹੋਇਆ ਪਿਆ, ਅਤੇ ਇਹਨੂੰ ਵੀ ਆਪਾਂ ਡਰਾਈ ਕਲੀਨ ਕਰਨਾ, ਚਿੱਟਾ ਧਾਗਾ ਪੂਰਾ ਸਾਫ਼ ਨਿਕਲਾਉਣਾ। ਅਤੇ ਇੱਧਰ ਆਹ ਲਾਇਆ KNN ਵਾਲਿਆਂ ਦਾ ਜਿਹੜਾ ਏਅਰ ਫਿਲਟਰ ਹੁੰਦੇ ਆ, ਬਾਕੀ ਉਹ ਟਾਈਟੈਨਿਕ ਦਾ ਲਾਇਆ ਸ਼ਿਪ ਦਾ ਸਟੀਕਰ।
ਲਓ ਵੀ ਦੇਖੋ ਦੱਸੋ ਕਿੱਦਾਂ ਲੱਗਾ। ਬਾਕੀ ਬਾਹਲਾ ਕੰਮ ਨਹੀਂ ਕੀਤਾ ਗਾ, ਇੰਨਾ ਕਈ ਆ ਇੱਕ ਆ ਹੈਡਲਾਈਟ ਬਣਾਈ ਆ ਮਾਈਨਸ ਵਾਲੀ, ਸਾਰੀ ਮਤਲਬ ਗੋਲ ਸ਼ੀਸ਼ਾ ਲਾ ਤਾ, ਲਾਈਟ ਹੀ ਚੇਂਜ ਕਰਤੀ, ਬਸ ਆਪਾਂ ਇਹਨੀ ਚੂੜੀਆਂ ਬਣਾਉਣੀਆਂ ਆ ਇੱਕ ਤਾਂ ਇੱਕ ਇੱਧਰ ਆਹ ਨਾਟ ਤਾਂ ਉੱਦਾਂ ਹੀ ਕਸਿਆ ਆ, ਇਹ ਡਿੱਗ ਪੈਣੀ ਆ ਜੇ ਟੋਏ ਟੋਏ 'ਚ ਵੱਜੀ, ਆਪਾਂ ਚੂੜੀਆਂ ਬਣਾਉਣੀਆਂ ਇਹਦੀਆਂ ਕੱਲ੍ਹ ਨੂੰ ਜਾ ਕੇ, ਅਤੇ ਦੇਖਦੇ ਹਾਂ ਕੱਲ੍ਹ ਲੁਧਿਆਣੇ ਜਾਂਦੇ ਕਿ ਇੱਦਾਂ ਦੇ ਕੰਮ ਕਰਾਉਂਦੇ ਦੇਖਦੇ ਹਾਂ। ਬਾਕੀ ਨਿਸ਼ਾਨ ਸਾਹਿਬ ਵਾਲਾ ਐਂਗਲ ਲੱਗਾ ਪੈਪ, ਇਹਨੂੰ ਸਟੀਲ ਦੇ ਇੱਕ ਨਾ ਪੜਦਿਆਂ ਵਾਲਾ ਸਟੀਲ ਆਉਂਦਾ, ਪੜਦਿਆਂ ਵਾਲਾ ਪੈਪ ਉਹਦੇ ਉਹ ਸਟੀਲ ਦੇ ਵਿੱਚ ਆਉਂਦਾ ਆ, ਉਹ ਲਾਵਾਂਗੇ ਅੱਗੇ। ਉਹ ਹਰਿਮੰਦਰ ਸਾਹਿਬ ਵੀ ਆਪਾਂ ਉਹ ਮੋਟਰਸਾਈਕਲ 'ਤੇ ਉਹੀ ਲਾ ਕੇ ਲੈ ਗਏ ਸੀ, ਵਧੀਆ ਆ ਉਹ ਪੈਪ, ਵਾਧੂ ਸਟੀਲ 'ਤੇ ਮਤਲਬ ਓਰੀਜਨਲ ਸਟੀਲ 'ਤੇ ਪੈਸੇ ਖਰਚਣ ਦੀ ਲੋੜ ਨਹੀਂ, ਉਹ ਚੀਜ਼ ਵਧੀਆ ਆ। ਬਾਕੀ ਮੁੰਡਾ ਕੰਮ ਦੇਖੋ ਵਧੀਆ ਕਰਦਾ ਆ, ਜਗਾ ਕੇ ਇੱਕ ਦਿਖਾ ਦੇ ਇੱਕ ਵਾਰੀ ਲਾਈਟ, ਉਹ ਬੱਲੇ 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 ਸੈੱਟ ਆ ਭਾਜੀ, ਸੈੱਟ ਆ ਭਾਜੀ। ਇੱਧਰ ਹੈਲੋ ਦਾ ਕਰਦੇ, ਨਾਮ ਤਾਂ ਦੱਸ ਦੇ ਆਪਦਾ, ਨਾਮ ਤਾਂ ਦੱਸ ਦੇ ਲੈ ਯਾਰ, ਬਲੌਗ ਚੱਲਦਾ ਤੂੰ ਇੱਦਾਂ ਉੱਠੀ ਜਾਂਦਾ, ਨਾਮ ਤਾਂ ਦੱਸ ਦੇ ਯਾਰ, ਮੁੰਡਾ ਸੰਗਦਾ ਨਾਮ ਤਾਂ ਦੱਸ ਦੇ। ਚਲੋ ਠੀਕ ਆ ਮਿੱਤਰੋ, ਗੱਲ ਦੱਸ ਦਵਾਂ ਸਾਰਿਆਂ ਨੂੰ, ਹਾਰਨ ਵਾਲੀ ਹਾਰਨ ਵਾਲੀ ਜਿਹੜੀ ਥੋੜੇ ਟਾਈਮ ਪਹਿਲਾਂ ਹੋਈ ਆ ਕਿਹੜੀ ਮਿੱਤਰੋ, ਨਟਾਲੇ ਖੋਲਦੇ ਪਏ ਸੀਗੇ ਆਹ ਥੱਲੇ ਵਾਲਾ, ਇਹ ਪਿਛਲੇ ਪਾਸੇ ਚਾਬੀ ਲਾ ਕੇ ਬੈਠਾ ਸੀਗਾ, ਮੋਰੇ ਭਾਜੀ ਨਟ ਖੋਲਣ ਡਿਆ, ਉਹ ਇੱਦਾਂ ਹੀ ਘੁੰਮੀ ਜਾਂਦਾ ਜੀ, ਕਰੀ ਮੂੰਹ ਇੱਧਰ ਨੂੰ ਕਰੀ, ਇਹ ਸਿੱਖ ਜਾਣਾ ਮੁੰਡਾ ਕਾਰੀਗਰ ਪੂਰਾ ਆ, ਦੇਖ ਲਓ ਸਕੂਟਰ ਤਾਂ ਆਪਣੇ ਦੇ ਕੰਮ ਕੀਤਾ ਇਹਨੇ ਸਾਰਾ, ਬਾਕੀ ਓਕੇ ਰਿਪੋਰਟ ਆ। ਆਹ ਸਟੀਕਰ ਜਿਹੜਾ ਆਪਣਾ ਬਣਦਾ ਪਿਆ ਨਾ, ਇਹ ਨਾ ਤਾਂ ਹੋਣਾ ਕਿਸੇ ਨੇ ਸੋਚੀ ਨਾ ਹੋਊਗੀ, ਬਾਕੀ ਮੰਨ ਲੈਣ ਦਿਓ, ਮੈਨੂੰ ਇਹ ਜ਼ਿਆਦਾ ਗੈਪ ਲੱਗਦਾ, ਕਹਿੰਦਾ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਮਹਿੰਦਰਾ ਪੇਜ ਹੁੰਦਾ ਆ। ਬਾਕੀ ਭਾਅ ਜੀ ਕਹਿੰਦਾ ਤੂੰ ਨਾ ਸਟੀਕਰ ਵਾਲਾ ਹੀ ਲਾਉਣਾ ਆ, ਭਾਅ ਜੀ ਕਹਿੰਦਾ ਟੈਂਪੂ ਡਰਾਈਵਰ ਹੀ ਬਣਾ ਦਿੰਦਾ, ਅਤੇ ਇੱਕ ਵਾਰੀ ਪ੍ਰਮੋਸ਼ਨਾਂ ਤਾਂ ਸਾਡੀਆਂ ਹੀ ਹੋਣੀਆਂ, ਜਿੱਦਾਂ ਮਰਜ਼ੀ ਕਰ ਲਓ, ਅਤੇ ਅਸੀਂ ਕਿਤੇ ਸਕੂਟਰ ਲਾ ਕੇ ਜਾਣਾ ਆ ਮੇਲੇ 'ਤੇ, ਅਤੇ ਬਾਅਦ ਵਿੱਚ ਕੋਈ ਦੇਖੂਗਾ ਸਾਡੀ ਪ੍ਰਮੋਸ਼ਨ ਹੋ ਜਾਣੀ, ਤਾਂ ਸਮਝਦਾ ਮੇਰੀ ਗੱਲ, ਹਾਂ ਇਹੀ ਤਾਂ ਗੱਲਾਂ ਫਿਰ ਇਹੀ ਆ ਸਾਡੀ ਟੈਂਪੂ ਡਰਾਈਵਰ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ, ਮੇਰੇ ਵੱਲੋਂ ਤਾਂ ਜ਼ਿਆਦਾ ਸਟੀਕਰ ਨਹੀਂ ਲੱਗੇ, ਜਿੱਥੇ ਕਲੋੜ ਸੀ ਉੱਥੇ ਲੱਗੇ ਆ, ਬਾਕੀ ਆਹ ਥੋੜ੍ਹਾ ਓਵਰ ਜਿਹਾ ਲੱਗੂਗਾ, ਬਾਕੀ ਦੇਖਦੇ ਜੇ ਸੋਹਣਾ ਲੱਗਾ ਫਿਰ ਤਾਂ ਕੋਈ ਚੱਕਰ ਨਹੀਂ, ਪਰ ਜਦੋਂ ਸਕੂਟਰ ਚੱਲਦਾ ਹੁੰਦਾ ਇੱਕ ਪਾਸੇ ਨਿਗ੍ਹਾ ਪੈਂਦੀ ਆ ਉੱਧਰ ਤਾਂ ਠੀਕ ਹੀ ਲੱਗਦਾ, ਹਾਂ ਜਿਹੜਾ ਆਸੇ ਪਾਸੇ ਘੁੰਮ ਕੇ ਦੇਖੋ ਉਹਨੂੰ ਤਾਂ ਲੱਗਣਾ ਹੀ ਆ ਜ਼ਿਆਦਾ ਆ। ਬਾਕੀ ਓਕੇ ਆ, ਲਾ ਲੈਣ ਦਿਓ ਇਹਨੂੰ ਆਹ ਵਾਲਾ ਸਟੀਕਰ, ਬਾਕੀ ਅੰਕਾਰ ਭਾਈ ਨੂੰ ਲਓ ਵੀ ਮੁੰਡੇ ਆਹ ਚੀਜ਼ ਮਾਨੀ ਆ, ਅਤੇ ਲਾਉਣੀ ਕਿੱਥੇ ਆ ਵੀ ਤੁਹਾਨੂੰ ਦਿਖਾਉਂਦੇ ਹਾਂ, ਠੀਕ ਆ। ਅਤੇ ਇਹ ਰੈੱਡ ਕਰਨ ਲੱਗੇ ਹਾਂ, ਉਹ ਭਾਈ ਕਰਦਾ ਪਿਆ ਰੈੱਡ ਵਾਲਾ ਮਸ ਲਾ ਕੇ, ਇਹ ਲਾਉਣਾ ਆ ਆਪਾਂ ਇੱਧਰਲੀ ਡਿੱਗੀ 'ਤੇ ਹੁਣ 'ਤੇ, ਠੀਕ ਆ। ਅਤੇ ਬਾਕੀ ਹੁਣ ਬਾਈ ਹੁਣਾਂ ਦਾ ਕੰਮ ਹੈਗਾ ਥੋੜ੍ਹਾ ਤੇਜ਼ ਵਾਲਾ ਹੀ ਆ, ਪਰ ਬੰਦੇ ਬਹੁਤ ਆਉਂਦੇ ਆ, ਗੱਲ ਇਹ ਆ ਬੰਦੇ ਹੈਗੇ 3-4 ਆ ਇਹ, ਪਰ ਇਹ ਬੰਦੇ ਇੱਦਾਂ ਆ ਵੀ ਬੰਦੇ ਆਉਂਦੇ ਬਹੁਤ ਇਹਨਾਂ ਕੋਲ, ਤਾਂ ਟਾਈਮ ਲੱਗ ਜਾਂਦਾ, ਬਾਕੀ ਆਪਣਾ ਕੰਮ ਵੀ ਥੋੜ੍ਹਾ ਟਾਈਮ ਵਾਲਾ ਹੁੰਦਾ, ਆਪਣੀਆਂ ਡਿਮਾਂਡਾਂ ਵਾਲਾ ਕੰਮ ਹੁੰਦਾ। ਇੱਥੇ ਬੰਦੇ ਉਹ ਆਉਂਦੇ ਆ ਜਿਹੜੇ ਬਸ ਕਰ ਦਿਓ ਆਹ ਕਰ ਦਿਓ ਠੀਕ ਆ ਬਣ ਗਈ, ਇੱਥੇ ਇੱਦਾਂ ਦੇ ਬੰਦੇ ਆਉਂਦੇ ਆ ਬਸ ਆਹ ਕਰ ਦਿਓ, ਫੋਟੋ ਦਿਖਾ ਦਿੰਦੇ ਹੈ ਨਾ, ਅਸੀਂ ਇੱਦਾਂ ਆ ਵੀ ਅਸੀਂ ਸਿਰ 'ਤੇ ਖੜ ਕੇ ਕੰਮ ਕਰਾਉਣਾ ਹੈ ਨਾ। ਓਮਕਾਰ ਭਾਜੀ ਜਿਹੜੇ ਆ ਨਾ, ਵੈਸੇ ਤਾਂ ਘਰਦਿਆਂ ਨੇ ਨਾਮ ਓਮਕਾਰ ਸਿੰਘ ਰੱਖਿਆ ਆ, ਜਿਹੜਾ ਦੁਕਾਨ 'ਤੇ ਚੱਲਦਾ ਆ ਓਮਕਾਰ ਚੱਲਦਾ ਆ। ਬਾਕੀ ਲਾ ਲੈਣ ਤੂੰ, ਕੀ ਦਿਖਾਉਣਾ ਮੁੰਡੇ ਨੇ ਲਾਈਟਾਂ ਲਾਈਆਂ ਆ, ਉਹ ਵੀ ਦਿਖਾ ਲਈਏ, ਆਹ ਕੀ ਲਾ ਲਿਆ ਤੂੰ, ਨੰਬਰ ਪਲੇਟ ਚੋਰੀ ਹੋ ਗਈ, ਇਹ ਤੇਰਾ ਮੋਟਰਸਾਈਕਲ ਆ, ਸਹੀ ਆ ਯਾਰ ਮੈਨੂੰ ਵੀ ਬਣਾ ਦੇ ਇੱਦਾਂ ਦੀ, ਕਿੰਨੇ ਕਦੀ ਬਣ ਜਾਂਦੀ ਇਹ,
ਚੱਲ ਕੋਈ ਨੀ ਆਪਾਂ ਸਵਿਫਟ ਵਾਲੀ ਲਾਵਾਂਗੇ ਇਹਨਾਂ ਤੇ। ਸ਼ੇ ਭੰਗੜਾ ਬੂਟਾ ਕਾਹਦੇ ਲਾਇਆ ਇੱਥੇ, ਸਪੀਡ ਖਤਮ ਹੋ ਜਾਂਦੀ ਇਹਦੀ, ਫੱਟ ਦੇ ਇਹਨੂੰ, ਚੰਗਾ ਨਹੀਂ ਲੱਗਦਾ। ਸਹੀ ਆ ਮੋਹਰੇ ਅਹੰਕਾਰ ਲਿਖਿਆ, ਕਹਿੰਦੇ ਕਹਿੰਦੇ ਮੋਹਰੇ ਮੁੰਡੇ ਨੇ ਅਹੰਕਾਰ ਲਿਖਿਆ। ਕੀ ਸਾਫ ਆ, ਮਾਰਿਆ ਤਾਂ ਹੈ ਧਰਮ ਨਾਲ ਚੰਗੀ ਤਰ੍ਹਾਂ ਕੱਪੜਾ, ਬਾਕੀ ਇੱਕ ਵਾਰੀ ਫੇਰ ਮਾਰ ਲਾਂਗੇ। ਆ ਜਾਓ ਫਿਰ ਮਿੱਤਰੋ, ਕੱਲ੍ਹ ਨੂੰ ਆਪਾਂ ਨੂਰਮਹਿਲੋਂ ਆ ਗਏ ਸੀਗੇ, ਅਤੇ ਜੋ ਜੋ ਟਾਈਟੈਨਿਕ ਦਾ ਕੰਮ ਹੋਇਆ ਉਹ ਤੁਹਾਨੂੰ ਦਿਖਾ ਦਿੰਦਾ ਹਾਂ। ਅਤੇ ਆਪਾਂ ਫਿਲਹਾਲ 24 ਦੀ ਸਲਾਹ ਬਣੀ ਆ, 24 ਨੂੰ ਜਾਵਾਂਗੇ ਅਨੰਦਪੁਰ ਸਾਹਿਬ ਵੱਲ ਨੂੰ, ਅਤੇ ਰੁਕਾਂਗੇ ਕੀਰਤਪੁਰ ਸਾਹਿਬ ਰਾਤ ਨੂੰ, ਅਤੇ ਸਵੇਰੇ ਫਿਰ ਆਪਾਂ ਜਾਵਾਂਗੇ ਅਨੰਦਪੁਰ ਸਾਹਿਬ 25 ਤਰੀਕ ਦੀ ਸਵੇਰ ਨੂੰ। ਬਾਕੀ ਜਿੱਦਾਂ ਵੀ ਹੋਇਆ ਤੁਹਾਨੂੰ ਦੱਸਦੇ ਰਹਾਂਗੇ ਇੰਸਟਾਗ੍ਰਾਮ 'ਤੇ ਸਟੋਰੀ ਵਗੈਰਾ ਪਾ ਕੇ। ਕੈਮਰਾ ਤਾਂ ਕਰ ਲਈਏ ਪਹਿਲਾਂ ਸੈੱਟ। ਮਿੱਤਰੋ ਆਹ ਕੰਮ ਕਰਾਇਆ ਸੀ ਕੱਲ੍ਹ, ਸਾਰਿਆਂ ਨੇ ਆਹੀ ਕਿਹਾ ਸੋਹਣਾ ਜ਼ਿਆਦਾ ਲੱਗਦਾ, ਕਿਉਂਕਿ ਪ੍ਰਿੰਟਡ ਜਿਹਾ ਹੋ ਗਿਆ ਨਾ, ਪ੍ਰਿੰਟਡ ਜਿਹਾ ਲੱਗਦਾ, ਪਰ ਅਸੀਂ ਉਹ ਸਟੀਕਰ ਬਣਵਾਇਆ ਆ ਪ੍ਰਿੰਟ 'ਚ ਕੱਢ ਕੇ ਪਲੋਟਰ ਦੇ ਵਿੱਚ ਸੋਰੀ, ਅਤੇ ਇੱਧਰ ਟਾਈਟੈਨਿਕ ਦਾ ਸਟੀਕਰ, ਠੀਕ ਆ, ਸੋਹਣਾ ਬਣਿਆ। ਐਤਕੀ ਆਪਾਂ ਮਾਡਰਨ ਜਿਹਾ ਬਣਾਇਆ, ਪਿਛਲੀ ਵਾਰੀ ਜਿਹੜਾ ਕੋਲੇ ਵਾਲਾ ਜਹਾਜ਼ ਬਣਾਇਆ ਸੀ ਆਪਾਂ, ਅਤੇ ਜੇ ਕਿਸੇ ਨੇ ਬਣਾਉਣਾ ਹੋਵੇ ਨਾ ਤਾਂ ਤੁਸੀਂ ਗੂਗਲ 'ਤੇ ਸਰਚ ਕਰਨਾ ਆ ਸ਼ਿਪ ਲੋਗੋ, ਬਸ ਉਹ ਨਿਕਲ ਆਉਣੇ ਆ। ਅਤੇ ਆਹ KNN ਵਾਲਿਆਂ ਦਾ ਜਿਹੜਾ ਆ ਏਅਰ ਫਿਲਟਰ ਆਉਂਦੇ ਆ, ਅਤੇ ਪਰਫੋਰਮੈਂਸ ਮੋਡ ਵਾਸਤੇ ਵੀ ਆਉਂਦੇ ਆ, ਉਹ ਹੈਗੇ ਆ, ਅਤੇ ਉਹਨਾਂ ਦਾ ਸਟੀਕਰ ਲਾਇਆ ਆਪਾਂ, ਅਤੇ ਸੋਹਣਾ ਲੱਗਦਾ ਦੇਖਿਓ। ਬਾਕੀ ਆ ਸਕੂਟਰ ਦੇਖੋ, ਇੱਧਰੋਂ ਸਾਫ ਆ ਪੂਰਾ, ਇੱਧਰੋਂ ਖਰਾਬ ਆ, ਜਿੱਦਾਂ ਪਿਛਲੀ ਵੀਡੀਓ 'ਚ ਦੱਸਿਆ ਸੀ ਮੈਂ ਧੋਣ ਵਾਲਾ ਆ, ਅਤੇ ਆਹ ਸਟੀਕਰ ਆਪਾਂ ਪੱਟ ਦੇਣਾ ਪੈਟਰੋਲ ਨਾਲ, ਅਤੇ ਬਾਕੀ ਨੰਬਰ ਪਲੇਟ ਇਹਦੀ ਤੁਹਾਨੂੰ ਪਤਾ ਕੱਚ ਵਾਲੀ ਬਣਵਾਈ ਸੀਗੀ, ਉਹ ਲਾ ਦੇਣੀ ਆ 6 ਅੱਖਰਾਂ ਦਾ ਨੰਬਰ, ਅਤੇ ਹੈਡਲਾਈਟ ਇਹਦੀ ਬਣਾਈ ਸੀਗੀ, ਆਹ ਸੰਤਾਂ ਦੀ ਫੋਟੋ ਲਾਈ ਮੂਹਰੇ, ਇਹਦੀ ਆ ਹੈਡਲਾਈਟ ਬਣਾਈ ਸੀਗੀ ਮਾਈਨਸ ਵਾਲੀ, ਠੀਕ ਆ, ਸੋਹਣੀ ਬਣੀ ਆ। ਨਾਲ ਇਹ ਸ਼ੀਸ਼ਾ ਵੀ ਆਪਾਂ ਨਾ ਦੂਸਰਾ ਕੀਤਾ ਆ, ਕੱਟ ਬਲੈਕ ਕੀਤਾ ਆ, ਸਮੋਕ ਬਲੈਕ, ਜੈੱਡ ਬਲੈਕ ਨਹੀਂ ਕੀਤਾ, ਅੰਦਰੋਂ ਡੂਮ ਕਾਲਾ ਕਰਤਾ ਤਾਂ ਕਰਕੇ ਜੈੱਡ ਬਲੈਕ ਲੱਗਦਾ ਪਿਆ। ਬਾਕੀ ਇਹਦੇ ਇੱਥੇ ਰਿਮ 'ਤੇ ਸਟੀਕਰ ਬਣਾਇਆ, ਆਹ ਲਓ, ਠੀਕ ਆ, ਅਤੇ ਹੋਰ ਕਿਤੇ ਨਹੀਂ ਸਟੀਕਰ ਬਣਾਇਆ ਆਪਾਂ। ਬਾਕੀ BMW ਵਾਲਾ ਲੋਗੋ ਆ, ਠੀਕ ਆ, ਓਕੇ ਰਿਪੋਰਟ, ਮੀਟਰ ਵੀ ਕਾਲਾ ਕੀਤਾ ਆ, ਸੋਹਣਾ ਲੱਗਦਾ। ਨਵਾਂ ਮੀਟਰ ਲੱਗਾ ਸੀ ਅੱਗੇ, ਉਹ ਆਪਾਂ ਲਾਤਾ, ਆਪਣੇ ਕੋਲ ਪੁਰਾਣਾ ਪਿਆ ਸੀ ਉਹ ਲਾਤਾ। ਓਕੇ ਰਿਪੋਰਟ, ਚੱਲਦਾ ਰਹੇ ਕਿਉਂਕਿ ਹੈ ਨਹੀਂ, ਜਿਹੜਾ ਮਰਜ਼ੀ ਲਾ ਲਓ। ਹੁਣ ਬਸ ਆ ਵਾਇਰਿੰਗ ਕਰਨੀ ਆ, ਅਰਥ ਵਾਲਾ ਤਾਰ ਆ ਰਹੀ, ਅਤੇ ਚਾਰਜਿੰਗ ਲਾਉਣੀ ਆ, ਸਾਰਾ ਕਰਕੇ ਫੇਰ ਮਿਲਾਂਗੇ ਤੁਹਾਨੂੰ ਦਿਖਾਵਾਂਗੇ ਨਾਲੇ। ਹੈਲੋ, ਵੀ ਸਰਵਿਸ ਕਰਾਉਣ ਆਏ ਸੀ ਇਹਦੀ, ਇਹਦਾ ਜ਼ਿਆਦਾ ਚੱਲਦਾ, ਅਤੇ ਇਹਦੀ ਹੁਣ ਸਰਵਿਸ ਕਰਾਉਣੀ ਸੀਗੀ, ਕੱਲ੍ਹ ਲੁਧਿਆਣੇ ਗਏ ਸੀ, ਅਤੇ ਬੱਜਾ ਬੁੱਜਾ ਜੀ ਆਉਂਦੇ ਨੇ ਟੈਪਟਾਂ 'ਚੋਂ, ਅਤੇ ਕਰਤੀਆਂ ਵਿੱਕੀ ਟੈਪਟਾਂ ਸੈੱਟ, ਕਰਨੀਆਂ ਤੇਲ ਬਦਲਦਾ ਨਾ, ਹਾਲੇ ਸੱਚ ਸਾਫ ਕੀਤਾ ਆ, ਤੇਲ ਪਾਉਣਾ ਆ, ਆਹ ਕੈਸਟਰੋਲ ਦਾ ਲੈ ਕੇ ਆਏ ਹਾਂ, ਉਹ ਤਾਂ ਗਰਮੀਆਂ ਵਾਸਤੇ ਕਿਹੜਾ ਵਧੀਆ, ਹੁਣ 20-40 ਹੋਈ, ਅਤੇ ਨਾਲੇ ਕਹੀ ਜਾਂਦੇ 10 ਰੁਪਿਆ ਕਿਹੜਾ ਹੁੰਦਾ ਉਹ, 20-50 ਨਹੀਂ, 20-40 ਤੋਂ ਉੱਪਰ ਆ 20-50। ਅੱਛਾ, ਵੱਡੇ ਇੰਜਣਾਂ ਵੀ ਆ, ਅਤੇ ਇੱਕ ਆਪਾਂ ਬ੍ਰੇਕ ਲੈਦਰ ਬਦਲਨੇ ਆ, ਬਾਹਲੀ ਹੋਈ ਬਾਜ ਆ ਟਰੱਕਾਂ ਟਰੁੱਕਾਂ ਦੀ ਇੱਧਰ ਤਾਂ, ਅਤੇ ਇੱਕ ਆ ਲੋਕ ਸੈੱਟ ਪਾਉਣਾ ਆ ਨਵਾਂ, ਅਤੇ ਬਾਕੀ ਵਿੱਕੀ ਹੋਲੇ ਮਹੱਲੇ ਦੇ ਮੋਟਰਸਾਈਕਲ ਦੇ ਪੇਪਰ ਪੂਪਰਾ ਦਾ ਨਹੀਂ ਕੋਈ ਚੱਕਰ ਹੈਗਾ, ਕਾਗਜ਼ਾਂ ਕੂਗਜ਼ਾਂ ਦਾ ਠੀਕ ਆ, ਨਹੀਂ ਓਦਾਂ ਚਲਾਣ ਚਲੂਣ ਤਾਂ ਨਹੀਂ ਕੱਟਦੇ, ਜੇ ਕੱਟਦੇ ਵੀ ਆ ਪੇਪਰ ਪੂਪਰ ਨਹੀਂ ਲੈਂਦੇ ਕੋਈ, ਆਹੋ ਉਹ ਆਪਾਂ ਕਿਹੜਾ ਹੁੱਲੜਬਾਜੀ ਕਰਨ ਜਾਣਾ, ਦਰਸ਼ਨ ਕਰਨ ਜਾਣੇ ਹੌਲੀ ਹੌਲੀ ਜਾਓ। ਬਾਕੀ ਲਓ ਵੀ ਇਹ ਲਾਲ ਰੰਗ ਦਾ ਗਿਆ, ਕਦੇ ਗੋਲਡਨ ਆ ਜਾਂਦਾ, ਜਿੰਦਾ ਲਾਲ ਲੈ ਕੇ ਜਾਓ, ਹਾਂ
ਬਸ ਠੀਕ ਆ। ਉਹਨਾਂ ਨੂੰ ਕਿਹੜਾ ਮੁੜ ਕੇ ਕਿਸੇ ਨੇ ਰੋਕਣਾ ਜਿਹਨੇ ਚੋਰੀ ਵੀ ਕੀਤਾ ਆ। ਨਿਸ਼ਾਨ ਸਾਹਿਬ ਲੱਗਾ ਕਿਹਨੇ ਰੋਕਣਾ ਪੁਲਿਸ ਵਾਲੇ ਨੇ। ਮਿੱਤਰੋ ਆਪਾਂ ਲੋਕ ਸੈੱਟ ਵੀ ਬਦਲਣ ਲੱਗੇ ਆ, ਚਾਬੀਆਂ ਲੱਗਣੀਆਂ ਹੁਣ ਇਹਨੂੰ ਤੇ ਕੱਲਾ ਨਾ ਟਿਹਾ ਮੋਰੇ ਵਾਲਾ ਬਦਲਣਾ ਆ, ਬਾਕੀ ਤਾਂ ਉਹ ਤਾਂ ਨੋਰਮਲ ਘਰੇ ਬਦਲ ਲੈਣੇ ਆ, ਵੀ ਘਰੇ ਬਦਲ ਲੈਣਾ। ਉਹ ਟੈਂਕੀ ਦੇ ਤੇਲ ਵਾਲਾ ਤੁਹਾਨੂੰ ਪਤਾ ਹੀ ਆ, ਉਹ ਤਾਂ ਨੋਰਮਲ ਜਿਹਾ ਬਸ ਖੋਲ ਕੇ ਦੂਜਾ ਲਾ ਦੇਣਾ। ਤੇ ਬਾਕੀ ਆ ਹੈਂਡਲ ਲੋਕ ਭਾਜੀ ਨੇ ਬਦਲ ਦੇਣਾ ਆ, ਤੇ ਭਾਜੀ ਨੂੰ ਲੀਬਰਾ ਲੂਬਰਾ ਤੇਲ ਤੂਲ ਲਾ ਦੀਆਂ ਸਾਰਾ ਓਕੇ ਕਰ ਦੀ। ਤੇ ਬਾਕੀ ਆ ਫੇਸ ਅੜ ਗਿਆ ਆ, ਕੱਲ ਉਹਨੇ ਚੱਪਲ ਰੱਖ ਦਿੱਤੀ ਸੀ, ਲੁਧਿਆਣੇ ਗਏ ਸੀ ਤੇ ਇਹਦੀ ਨਾ ਉਹ ਪਲੇਟ ਲਾਉਣੀ ਆ। ਠੀਕ ਆ ਜੀ, ਠੀਕ ਆ। ਬਾਕੀ ਇੱਧਰ ਵੀ ਇੰਜਨ ਆਹ ਕਵਰ ਕੁਵਰ ਸਾਫ਼ ਹੋ ਗਿਆ ਪੈਟਰੋਲ ਨਾਲ। ਅਤੇ ਬਾਕੀ ਵਿੱਕੀ ਇੱਕ ਉਹ ਚੱਲ ਰਹਿਣ ਦੇ, ਮੈਂ ਘਰ ਜਾ ਕੇ ਪੈਪ ਦੇਖੂੰਗਾ, ਇੱਥੇ ਪੈਪ ਲੱਗਦੀ ਹੁੰਦੀ ਨਾ ਉਹ ਹੈ ਨਹੀਂ ਜੀ। ਬਾਕੀ ਇਹਨਾਂ ਇੱਕ ਮਗਰਾਟ ਬਦਲਣਾ, ਉਹ ਵੀ ਘਰ ਜਾ ਕੇ ਬਦਲਾਂਗੇ, ਦੇਖਦੇ ਹਾਂ। ਉਹ ਅੱਜ ਇਹਦਾ ਕੰਮ ਜਿੰਨਾ ਹੋਣ ਵਾਲਾ ਸੀਗਾ ਉਹ ਕਰਾ ਤਾ ਮੇਨ। ਬਾਕੀ ਆਪਾਂ ਘਰ ਜਾ ਕੇ ਯਾਰ ਚਿੱਟੇ ਸਕੂਟਰ ਦੀ ਵਾਇਰਿੰਗ ਕਰਨੀ ਆ, ਉਹਦਾ ਕੁਛ ਨਹੀਂ ਚੱਲਦਾ ਪਿਆ ਹਾਲੇ। ਬੈਟਰੀ ਚਾਰਜ ਕਰਕੇ ਰੱਖੀ ਆ, ਉਹ ਸ਼ਾਇਦ ਡਿੱਗੀ ਖੋਲ੍ਹਣੀ ਪੈਣੀ ਸਾਈਡ ਵਾਲੀ ਸਾਰੀ, ਅਤੇ ਉਹਦਾ ਸਹੀ ਕੰਮ ਸੈੱਟ ਆਉਣਾ ਆ। ਪਹਿਲਾਂ ਡਿੱਗੀ ਖੋਲ੍ਹਾਂਗੇ, ਫਿਰ ਬੈਟਰੀ ਕਰਾਂਗੇ, ਫਿਰ ਵਾਇਰਿੰਗ ਸਾਰੀ ਸੌਖੀ ਹੋ ਜੂਗੀ, ਫਿਰ ਐਂਡ 'ਤੇ ਡਿੱਗੀ ਦੁਬਾਰਾ ਕਰਾਂਗੇ। ਅਤੇ ਬਸ ਬਾਬਾ ਮਿਹਰ ਰੱਖੇ ਅਤੇ ਵਧੀਆ ਵਧੀਆ ਦੇਖ ਆਈਏ ਸੁੱਖੀ ਸਾਂਭੀ। ਅਤੇ ਬਾਕੀ ਤੁਹਾਨੂੰ ਵੀ ਦਿਖਾਵਾਂਗੇ ਜਿੰਨੀ ਕੁ ਵੀਡੀਓ ਬਣੀ, ਉੱਥੇ ਜਾ ਕੇ ਵੀਡੀਓ ਪੈਣੀ ਨਹੀਂ, ਆਣ ਕੇ ਉੱਥੋਂ ਪਾਵਾਂਗੇ ਵੀਡੀਓ। ਬਾਕੀ ਜਿਹੜੇ ਨਵੇਂ ਅਪਡੇਟ ਉੱਥੇ ਤੁਹਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲ ਜੂਗੇ, ਸਟੋਰੀਆਂ ਸਟੋਰੀਆਂ ਦਾ ਪਾਉਂਦੇ ਰਹਾਂਗੇ ਉੱਥੇ। ਇੰਨਾ ਕੁ ਤਾਂ ਨੈੱਟ ਹੁੰਦਾ ਹੀ ਆ ਫੋਨ 'ਚ, ਜਾਂ ਚਾਰਜ ਹੁੰਦਾ ਫੋਨ ਉੱਥੇ, ਬੈਟਰੀ ਬੁਟਰੀ ਵੀ ਤੁਹਾਨੂੰ ਪਤਾ ਆ, ਰੱਛ ਬਹੁਤ ਹੁੰਦਾ ਕਮਰੇ ਕਮਰੇ, ਜੇ ਮਿਲ ਗਏ ਫੋਨ ਚਾਰਜ ਹੋ ਜੂਗੇ, ਨਹੀਂ ਤਾਂ ਪਾਵਰ ਬੈਂਕ ਆ ਦਿੰਦੇ ਇੱਕ ਇੱਕ ਦੋ ਦਿਹਾੜੀ ਮੋਟਰ ਵਾਲੀ ਬੈਟਰੀ 'ਤੇ। ਉਹ ਮੇਰੇ ਸਕੂਟਰ ਦੇ ਵਿੱਚ ਲੱਗਾ ਆ, ਜਿਹੜਾ ਗੱਡੀਆਂ 'ਚ ਨਹੀਂ ਲੱਗਾ ਹੁੰਦਾ ਜਿਹੜਾ ਸੀਗਰਟ ਬੋਟ, ਉਹ ਸਕੂਟਰ ਦੀ ਡਿੱਗੀ 'ਚ ਲੱਗਾ ਆ। ਉਹ ਪਰ ਯਾਰ ਹੌਲੀ ਬਹੁਤ ਕਰਦਾ ਨਾ ਮੇਰਾ ਇਹ ਫੋਨ, ਜਿਹੜਾ ਇਹ ਆ ਆਈਫੋਨ, ਇਹਨੇ ਕਰਨਾ ਬਹੁਤ ਹੌਲੀ ਚਾਰਜ ਫਿਰ ਉਹਨੂੰ। ਆਹੋ ਆਉਣ ਤਾਂ ਰਹੂਗਾ ਜੀ, ਚਲੋ ਦੇਖਦੇ ਹਾਂ ਕੀ ਬਣਦਾ ਆ। ਉੱਦਾਂ ਆਉਂਦੇ ਵੀ ਆ ਜਾਜੀ ਵਾਟ ਵਾਲੇ ਚਾਰਜਰ, ਹੈ ਨਾ, ਦੇਖਦੇ ਹਾਂ ਕੀ ਬਣਦਾ ਆ। ਬਾਕੀ ਕਰ ਲੈਣ ਦੋ ਟੈਪਟਾ ਸੈੱਟ ਕਰਨ ਲੱਗੇ ਹਾਂ। ਕੰਡੀਸ਼ਨ ਕੀ ਸੀ ਉੱਦਾਂ ਤੇਲ ਦੀ? ਖਤਮ ਹੀ ਸੀ, ਇੱਥੇ ਤੇਲ ਨਹੀਂ ਮਾਰੇ ਪੈਟਰੋਲ। ਅੱਛਾ, ਆਵਾਜ਼ ਕਾਹਦੀ ਆਉਂਦੀ ਸੀ ਫਿਰ? ਅੱਛਾ, ਹੁਣ ਸੈੱਟ ਹੋਜੂ ਆਵਾਜ਼। ਆਹ ਨਟ ਕਾਹਦਾ ਹੁੰਦਾ ਜਾਂਦਾ ਇੱਥੇ? ਆਹ ਨਟ ਮੈਗਨੈਟ ਦੇ ਪਾਸੇ ਹੈ, ਲੱਗੀ ਵਾਲਾ ਉੱਪਰਲੇ ਬੰਨੇ। ਅੱਛਾ, ਟਾਈਮਿੰਗ ਓਕੇ ਹੈ ਇਹਦੀ? ਚਲੋ ਬਸ ਇਹਨੂੰ ਧਵਾ ਵੀ ਦਈਏ, ਹੈ ਨਾ, ਹੁਣ ਡੀਜ਼ਲ ਡੂਜ਼ਲ ਨਾ। ਬਾਕੀ ਓਕੇ ਰਿਪੋਰਟ ਆ, ਧਵਾ ਧੋ ਕੇ ਚੀਜ਼ਾਂ ਸਾਂਭੀਆਂ ਰਹਿਣ ਬਾਪੂ ਤਾਂ ਆਪਣਾ, ਤੁਹਾਨੂੰ ਪਤਾ ਹੀ ਆ, ਮਾੜਾ ਮੋਟਾ ਹੀ ਸਾਫ਼ ਸੂਫ ਰੱਖਦਾ ਵਾਂ, ਕੱਪੜਾ ਮਾਰ ਲਿਆ ਸੀਟ 'ਤੇ, ਬਸ ਤੋਰ ਲਓ, ਇੱਦਾਂ ਹੀ ਆ ਸੀਨਮੈਂਟ ਆਪਣਾ ਵੀ, ਇੱਦਾਂ ਹੀ ਆ। ਹੁਣ ਜਿਹੜੇ ਕੰਮ ਕਰ ਰਹੇ ਉਹ ਤੁਹਾਨੂੰ ਪਤਾ ਹੀ ਆ ਕੀ ਸੀਨਮੈਂਟ ਹੁੰਦਾ। ਬਾਕੀ ਵਿੱਕੀ ਇਹ ਨਾ ਵੱਡਾ ਸਟੈਂਡ ਪਾਇਆ, ਇਹਦਾ ਸੈਂਸਰ ਨਾ ਚੱਲਦਾ ਹੀ ਰਹਿੰਦਾ ਆ,
ਉਹ ਕਰੀ ਸੈੱਟ ਬਾਸ਼ਲ ਜੀ ਪਾ ਕੇ। ਮਿੱਤਰੋ ਲੈਦਰ ਵੀ ਫਿੱਟ ਹੋ ਗਏ ਆਪਣੇ ਨਵੇਂ ਹੀਰੋ ਦੇ ਓਰੀਜਨਲ, ਤੇ ਕੀ ਕਹਿੰਦੇ ਸਰ ਕੇਮ ਜੀ, ਕੇਮ ਦਾ ਕੀ ਕਹਿੰਦੇ, ਕਿਹੜੀ ਕੇਮ ਅੱਗੇ ਨੂੰ ਹੋਈ ਆ ਜਿਹੜੀ ਥੱਲੇ ਹੁੰਦੀ ਆ 12 ਖਰੇ 13 ਨੰਬਰ ਦਾ ਨਟ ਹੁੰਦਾ? ਕਰਦੇ ਕਰਦੇ ਸੈੱਟ ਤੇ, ਪਰ ਬਾਹਰੋਂ ਤਾਂ ਕਿਤੋਂ ਖੁੱਲਦੇ ਨੀ, ਤੇਰੇ ਕੋਲ ਹੀ ਹੁੰਦਾ ਲੈਦਰ ਨਵੇਂ ਆ, ਤਾਂ ਵੀ ਅੱਧ ਤੇ ਕਸ ਹੋ ਕੇ ਫੇਰ ਬ੍ਰੇਕ ਲੱਗਣੀ ਸ਼ੁਰੂ ਹੁੰਦੀ ਉਹਦੀ, ਸਪਲੈਂਡਰ ਦੀ ਵੱਡੀਆਂ ਹੱਬਾਂ ਪਾਈਆਂ ਜੋ ਉਹਦੀਆਂ ਏਦਾਂ ਹੀ ਆ ਉਹਦੀ। ਮੈਂ ਨਵੀਂ ਉਹ ਡਬਲ ਬ੍ਰੇਕ ਵਾਲੀ ਵੀ ਲਿਆ ਕੇ ਰੱਖੀ, ਡਬਲ ਮੋਰੀਆਂ ਵਾਲੀ, ਉਹ ਓਨਾ ਹੀ ਗੱਲ ਸੈੱਟ ਆਉਣੀ ਮੈਨੂੰ ਲੱਗਦਾ। ਹਾਂ ਵੀ ਹੁਣ ਰੁਕੂਗਾ ਇਹ ਝੋਟਾ, ਇਹ ਭੁਲੇਖਾ ਪਾ ਦਿੰਦਾ ਹੈਗਾ। ਸਪਲੈਂਡਰ ਦੇ ਮਿੱਤਰੋ ਨਵੇਂ ਆ ਸਾਰੇ ਦੋਨੇ, ਉਹ ਲੈਦਰ ਇਹਦਾ ਪਿਛਲੇ ਲੈਦਰ ਉਡੇ ਹੋਏ ਸੀਗੇ, ਅਤੇ ਟਾਈਮ ਵੀ ਨਹੀਂ ਲੱਗਦਾ ਜੀ, ਮੈਂ ਕਿਹਾ ਜ਼ਰੂਰੀ ਭਰਾਵਾ ਕੁਛ ਗਲਤ ਹੋ ਜਾਂਦਾ ਹੁੰਦਾ ਅਤੇ ਪਾਲੀ ਹੈ ਨਾ ਕਰਕੇ ਡੈਡੀ ਨੇ ਚਲਾਉਣਾ ਹੁੰਦਾ ਮੋਟਰਸਾਈਕਲ ਇਹ, ਅਤੇ ਮਾੜੀਆਂ ਮੋਟੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ। ਬਾਕੀ ਸਰਵਿਸ ਵੀ ਹੋਣ ਵਾਲੀ ਸੀ ਉਹ ਵੀ ਨਾਲ ਹੀ, ਫਿਰ ਤਾਂ ਕਰਾਤੀ, ਲੱਗਦੇ ਹੱਥ ਪਏ ਆਪਾਂ ਹੁਣ ਇਹਨੂੰ ਧਵਾ ਵੀ ਦੇਣਾ, ਬਾਕੀ ਕੰਮ ਵੀ ਨਿਬੜ ਜਾਣਗੇ। ਵਿਸਾਖੀ ਤੇ ਨਾ ਹੋਣੇ ਨਹੀਂ, ਵਿਸਾਖੀ ਕਿੱਦਣ ਦੀ ਆ, ਕਿੰਨੀ ਤਰੀਕ ਦੀ? ਫਿਰ ਤਾਂ ਮੈਨੂੰ ਲੱਗਦਾ ਵਿਸਾਖੀ ਤੇ ਨੀ ਜਾ ਹੋਣਾ, ਹੁਣ ਹੀ ਜਾ ਹੀ ਨਾ। ਮੈਂ ਸਕੂਟਰ ਆਪਦਾ ਇੱਕ ਵੱਖਰਾ ਹੋਰ ਨਵਾਂ ਤਿਆਰ ਕਰਨਿਆ, ਉਹ ਨਹੀਂ ਹੋਣਾ ਨਾ ਤਿਆਰ ਉਦੋਂ ਤੱਕ, ਇਹ ਹੁਣ ਲੱਗਦਾ 25 ਹੀ ਜਾ ਹੋਊਗਾ। ਭਰਾਵਾ ਗਾਹਕਾਂ ਦਾ ਨਹੀਂ ਕੰਮ ਮੁੱਕਦਾ, ਸਾਡੇ ਤਾਂ ਕੀ ਪੂਰੇ ਹੋਣੇ, ਜਾਂ ਤਾਂ ਬਸ ਸਿਲੰਡਰ ਲੈ ਜਾਵਾਂਗੇ, ਬਸ ਸਿਲੰਡਰ ਤਾਂ ਤਿਆਰ ਹੀ ਹੁੰਦਾ ਆ, ਉਹ ਤਾਂ ਮਿੰਟ ਦੀ ਖੇਡ ਆ, ਵਾ ਦਿਹਾੜੀ ਖਾਂਦਾ ਉਹ। ਸੇਵਾ ਮਾਲਕ ਨੇ ਲਾਈ ਆ, ਪੂਰੀ ਕਰਨੀ ਚਾਹੀਦੀ ਆ। ਬਾਕੀ ਸਾਡਾ ਨੰਬਰ ਨਾ ਨੋਟ ਕਰ ਲਿਓ ਕੋਈ ਜਣਾ, ਮੋਟਰਸਾਈਕਲ ਪੂਰਾ ਓਕੇ ਹੋ ਗਿਆ, ਹੁਣ ਬਸ ਲੋਕ ਸੈੱਟ ਬਦਲਣਾ ਆ, ਫਿਰ ਆ ਦੋ ਚਾਬੀਆਂ ਫਿਰ ਆਪਣੇ ਘਰ ਪਹੁੰਚਣੀਆਂ ਇਹ, ਇੱਕ ਚਾਬੀ ਆਪਾਂ ਰੱਖ ਲੈਣੀ ਸਾਂਭ ਕੇ, ਇੱਕ ਆਪਾਂ ਛੱਲੇ 'ਚ ਪਾ ਲੈਣੀ ਵਧੀਆ ਜੇ, ਓਕੇ ਰਿਪੋਰਟ ਪੈਣ ਨਹੀਂ ਕੰਮ। ਆਹ ਸੀਨਮੈਂਟ ਨਾ ਹੀਰੋ ਵਾਲਾ, ਇਹ ਓਰੀਜਨਲ ਚਾਬੀ 'ਚ ਹੀ ਆਉਂਦਾ ਆ, ਪਹਿਲਾਂ ਦੇਸੀ ਚਾਬੀ ਆ ਬਣਾਈ ਹੋਈ ਬਾਹਰੋਂ, ਜਦੋਂ ਮੇਰਾ ਐਕਸੀਡੈਂਟ ਹੋਇਆ ਇਹ ਚਾਬੀ ਗਵਾਚ ਗਈ ਸੀਗੀ ਇਹਦੀ, ਮੋਟਰਸਾਈਕਲ ਦੀ ਚਾਬੀ ਬਣਵਾਈ ਸੀਗੀ ਬਾਅਦ ਵਿੱਚ, ਇਹਦੀ ਗਵਾਚੀ ਵੀ ਘਰ ਆ ਗਏ ਸੀ ਨਾਲੇ। ਬਾਕੀ ਕਰ ਲਈਏ ਫਿਰ ਦੇਖਦੇ ਹਾਂ ਕੀ ਬਣਦਾ ਸੀਨਮੈਂਟ। ਮੋਟਰਸਾਈਕਲ ਦਬਾ ਕੇ ਵੀ ਆ ਗਏ ਸੀ, ਅਤੇ ਆਹ ਜਿਹੜਾ ਹੈ ਟੂਲ ਬੋਕਸ ਦਾ ਢੱਕਣ, ਸੋਰੀ ਲੋਕ, ਉਹ ਲੱਗਣਾ ਆ ਇਸ ਸਾਈਡ 'ਤੇ, ਅਤੇ ਆਹ ਹੈਗਾ ਆ ਟੈਂਕੀ ਵਾਲਾ ਢੱਕਣ ਨਵਾਂ ਲੱਗਣਾ, ਇਹ ਵੀ ਲਾਉਣ ਲੱਗਾ ਮੈਂ, ਅਤੇ ਇਹਦਾ ਹੁਣ ਇੱਕ ਕਮੀ ਆ ਬਸ, ਇਹਦਾ ਫੁੱਟ ਰੈਸਟ ਲੱਗਣਾ, ਉਹ ਵੀ ਓਰੀਜਨਲ ਲਾਵਾਂਗੇ ਆਪਾਂ ਹੀਰੋ ਦਾ। ਅਤੇ ਬਾਕੀ ਵੀਰੇ ਜਿਹੜੇ ਬਲੌਗ ਦੇਖਦੇ ਆ ਸਾਰੇ ਮੇਰੇ ਵੀਰ ਭਰਾ ਹਨ, ਕਮੈਂਟ ਜ਼ਰੂਰ ਕਰ ਦਿਆ ਕਰੋ ਅਤੇ ਵੀਡੀਓ 'ਤੇ ਲਾਈਕ ਜ਼ਰੂਰ ਕਰ ਦਿਆ ਕਰੋ। ਬਾਕੀ ਹੁਣ ਆਪਾਂ ਲੋਕ ਬਦਲਣ ਲੱਗੇ ਹਾਂ, ਇਹਨਾਂ ਦਾ ਕੋਈ ਖੋਲ੍ਹ ਕੇ ਬਸ ਲਾਉਣਾ ਹੀ ਆ। ਲੋ ਵੀ ਮਿੱਤਰੋ ਇੰਜਨ ਹੋ ਗਿਆ ਰੈਡੀ, ਅਤੇ ਕਰਨ ਲੱਗੇ ਨੇ ਫਿੱਟ, ਅਤੇ ਬਾਕੀ ਭਾਅ ਜੀ ਨੂੰ ਫਿੱਟ ਕਰ ਲਓ, ਆਪਾਂ ਇਹ ਸ਼ਹਿਰੋਂ ਸਮਾਨ ਲੈ ਕੇ।
ਸੱਤਾ ਮੇਰਾ ਵੀਰ ਮੇਰੇ ਵੀਰਿਓ ਯਾ ਬੇਬੀ ਕੋ ਇਹ ਸੱਤਾ ਆਇਆ ਸੀਗਾ ਕੱਲ ਤੇ ਇਹਦੀ ਅੱਜ ਵਾਇਰਿੰਗ ਵੂਰਿੰਗ ਰਾਤੀ ਅਸੀਂ ਪੂਰੀ ਕਰਤੀ ਸੀਗੀ ਤੇ ਬਾਕੀ ਸਟੀਕਰ ਸਟੂਕਰ ਦੱਸੋ ਕਿੱਦਾਂ ਲੱਗਦੇ ਆ ਸੱਤੇ ਨੂੰ ਮੈਂ ਸੀਟ ਦਿਖਾਈ ਉਹ ਵਾਲੀ ਸੱਤਾ ਕਹਿੰਦਾ ਆਹੀ ਵਧੀਆ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਉਹਦੀ ਸੀਟ ਜ਼ਿਆਦਾ ਸੋਹਣੀ ਲੱਗਦੀ ਆ ਮੈਨੂੰ ਆਪਾਂ ਮੋਬਾਈਲ ਹੋਲਡਰ ਨਾ ਸਪਲੈਂਡਰ ਵਾਸਤੇ ਆਹ ਲਾਇਆ ਹੋਇਆ ਸੀਗਾ ਤੇ ਇਹਦੇ ਵਾਸਤੇ ਨਵਾਂ ਲੈ ਕੇ ਆਏ ਸੀ ਪਰ ਉਹ ਗੱਲ ਨਹੀਂ ਬਣੀ ਉਹ ਵਧੀਆ ਸੀ ਨਾ ਪਰ ਇਹ ਦੇਸੀ ਆ ਲੱਗਦਾ ਪਰ ਉਹ ਹਨਾ ਉਹ ਜਿਹੜਾ ਦੂਜਾ ਸੀਗਾ ਉਹਦੀ ਫਿਟਿੰਗ ਨਹੀਂ ਸਹੀ ਆਈ ਉਹ ਮੋਟਰਸਾਈਕਲ ਜਿੱਦਾਂ ਹੈਂਡਲ 'ਤੇ ਨਹੀਂ ਫਿੱਟ ਆਉਣ ਡਿਆ ਸੀ ਨਹੀਂ ਤਾਂ ਆਪਾਂ ਫਿਰ ਉਹਦਾ ਵੀ ਕੋਈ ਜੁਗਾੜ ਕਰ ਲੈਣਾ ਸੀ ਫਿਰ ਹੁਣ ਟਾਈਮ ਥੋੜ੍ਹਾ ਨਹੀਂ ਤਾਂ ਉਹਨੂੰ ਪੱਤੀਆਂ ਲੱਗ ਜਾਣੀਆਂ ਸੀ ਥੱਲੋਂ ਇੱਦਾਂ ਬਣ ਕੇ ਹੁਣ ਵੀ ਅਸੀਂ ਗਏ ਸੀਗੇ ਵੈਲਡਿੰਗ ਵਾਲੇ ਕੋਲ ਆਪਾਂ ਇਹਦਾ ਸਲਾਂਸਰ ਦਾ ਮੂੰਹ ਬੰਦ ਕਰਾਉਣਾ ਥੋੜ੍ਹਾ ਜਿਹਾ ਅਤੇ ਇਹਦਾ ਪੀਪਣੀ ਵੀ ਇਹਦੀ ਨਵੀਂ ਪਾਈ ਆ ਹਾਰਨ ਵਾਲੀ ਆਹ ਥੋੜ੍ਹਾ ਜਿਹਾ ਮੂੰਹ ਬੰਦ ਕਰਨਾ ਆਪਾਂ ਆਹ ਵਾਲਾ ਬਾਕੀ ਇਹਨੂੰ ਧਵਾਉਣਾ ਆ ਡੀਜ਼ਲ ਡੂਜ਼ਲ ਮਰਾ ਕੇ ਸਾਰਾ ਕੁਛ ਓਕੇ ਹੋ ਗਿਆ ਇਹਦਾ ਹੁਣ ਰਹਿ ਗਈ ਗਿਆ ਇੱਕ ਪੈਪ ਰਹਿ ਗਿਆ ਆ ਤੂੰ ਰੈਡੀ ਆ ਬਸ ਉੱਥੋਂ ਸਿੱਧਾ ਨਿਕਲਣਾ ਸਿੱਧਾ ਨਿਕਲਣਾ ਤੂੰ ਮੈਂ ਕਹਿੰਦਾ ਪਹਿਲਾਂ ਇੱਧਰੋਂ ਸਮਾਨ ਪੂਰਾ ਕਰ ਲਈਏ ਪੈਪ ਲੈ ਆਈਏ ਪਹਿਲਾਂ ਹਨਾ ਹਨਾ ਫਿਰ ਇਕੱਲੇ ਤੋਂ ਲਿਆਉਣੀ ਹੋਣਾ ਪਹਿਲਾਂ ਪੈਪ ਲਿਜਾਉਂਦੇ ਹਾਂ ਫਿਰ ਬਾਕੀ ਓਕੇ ਰਿਪੋਰਟ ਆ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਹੜੀ ਵੀਡੀਓ ਹੁਣ ਨੈਕਸਟ ਆਉਣ ਵਾਲੀ ਆ ਉਹ ਹੈਗੀ ਆ ਹੋਲੇ ਮਹੱਲੇ ਦੀ 24 ਤਰੀਕ ਨੂੰ ਆਪਾਂ ਤੁਰੇ ਸੀਗੇ ਅਤੇ ਆਹ ਵੀਡੀਓ ਬਾਅਦ ਵਿੱਚ ਹੀ ਬਣਾ ਰਿਹਾ ਮੈਂ ਤੁਸੀਂ ਉਹ ਦੇਖੋਗੇ ਅਤੇ ਸੱਤਾ ਮੇਰੇ ਕੋਲ ਤਾਂ ਆਇਆ ਸੀਗਾ ਸਕੂਟਰ ਦਾ ਕੰਮ ਹੋਣ ਵਾਲਾ ਸੀਗਾ ਅਤੇ ਕੰਮ ਕਰਵਾ ਕੇ ਗਿਆ ਫਿਰ ਉਹ ਰਾਤ ਰੁਕਿਆ ਸੀ ਇੱਕ ਮੇਰੇ ਕੋਲ ਅਤੇ ਅਗਲੇ ਦਿਨ ਚਲਾ ਗਿਆ ਸੀਗਾ ਅਤੇ ਬਾਕੀ ਕੱਲ੍ਹ ਦੀ ਵੀਡੀਓ ਲਈ ਵੇਟ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਲਓ ਚੈਨਲ ਛੇਤੀ ਛੇਤੀ 30,000 ਪੂਰੇ ਕਰ ਦਿਓ ਮਿਲਦੇ ਹਾਂ ਅੱਗੇ